ਪੰਜਾਬ ਦੇ ਪ੍ਰਧਾਨ ਰਾਜਾ ਵਰਿੰਗ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਜਿਹੜੇ ਐਲਾਨ ਕੀਤੇ ਜਾ ਰਹੇ ਨੇ ਆਪਣੇ ਆਪਣੇ ਜਿਹੜੇ ਕੀ ਹੈ ਪ੍ਰਧਾਨ ਲਗਾਏ ਜਾ ਰਹੇ ਨੇ ਉਧਰ ਹੀ ਵੱਡੇ ਵੰਡੇ ਜਾ ਰਹੇ ਨੇ ਸੋ ਪਟਿਆਲਾ ਦੀ ਗੱਲ ਕਰਾਂਗੇ ਪਟਿਆਲਾ ਤੋਂ ਮਹਿਲਾ ਵਿੰਗ ਦੇ ਪ੍ਰਧਾਨ ਜਿਹੜੇ ਕੀ ਪੰਜਾਬ ਦੇ ਲਗਾਏ ਗਏ ਨੇ ਸਾਡੇ ਨਾਲ ਗੁਰਸ਼ਰਨ ਰੰਧਾਵਾ ਨੇ ਗੱਲਬਾਤ ਕਰਾਂਗੇ ਮੈਨੂੰ ਤਾਂ ਇਹੀ ਖੁਸ਼ੀ ਵੱਧ ਹੈਗੀ ਆ ਕਿ ਮੇਰਾ ਕਿਸੇ ਨੇ ਵਿਰੋਧ ਨਹੀਂ ਕੀਤਾ ਜੇ ਕਿਤੇ ਹਾਈ ਕਮਾਂਡ ਨੇ ਮੇਰੀ ਕੋਈ ਰਿਪੋਰਟ ਮੰਗੀ ਕੁਝ ਵੀ ਲਿਆ ਤਾਂ ਸਾਰੇ ਲੀਡਰ ਸਾਹਿਬਾਨ ਨੇ ਮੇਰੇ ਨਾਮ ਤੇ ਮੋਹਰ ਲਾਈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਮੇਰੀ ਟਿਕਟ ਤਾਂ ਚਾਰ ਬਾਰ ਇਕੱਠੀ ਹਰ ਵਾਰ ਮੇਰਾ ਨਾਮ ਪੈਨਲ ਚ ਵੀ ਹੁੰਦਾ ਸੀ ਪਰ ਪਤਾ ਨਹੀਂ ਕਿਤੇ ਨਾ ਕਿਤੇ ਇਕੱਲੀ ਬੈਠ ਕੇ ਵੰਨ ਦੇ ਨਾਲ ਗਿਲਾ ਕਰਦੀ ਸੀ ਰੱਬ ਤੇ ਵੀ ਕਈ ਵਾਰ ਗੁੱਸਾ ਆਉਂਦਾ ਸੀ ਵੀ ਕੀ ਗੱਲ ਔਰਤ ਹੋਣਾ ਕੋਈ ਗਲਤ ਗੱਲ ਐ ਪਰ ਸਬਰ ਰੱਖਿਆ ਆਪਣੀ ਪਾਰਟੀ ਦੀ ਨਿਰਸਵਾਰਥ ਇਮਾਨਦਾਰੀ ਨਾਲ ਸੇਵਾ ਕਰਦੀ ਰਹੀ ਜਿਨ੍ਹਾਂ ਨੇ ਪਾਰਟੀ ਚ ਕੰਮ ਕਰਨਾ ਸਿੱਧੇ ਤਰੀਕੇ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਉਹ ਕਾਂਗਰਸ ਜਿਹੜੀ ਹੈਗੀ ਕਾਮਯਾਬ ਹੋਊਗੀ ਔਰ ਸਾਡੀ ਪਾਰਟੀ ਨੂੰ ਇੱਕ ਬਹੁਤ ਵੱਡੀ ਹਾਰ ਜਿਹੜੀ ਉਹਨੇ ਦੇਖਣ ਨੂੰ ਮਿਲੀ ਹੈ ਉਹ ਇਹ ਨਹੀਂ ਕਿ ਕੋਈ ਵਰਕਰਾਂ ਦਾ ਕਸੂਰ ਹੈ ਵਰਕਰਾਂ ਨੂੰ ਅਣਗੌਲਿਆ ਕੀਤਾ ਗਿਆ ਅਸੀਂ ਤਾਂ ਅਸੀਂ ਅੱਜ ਇੱਥੇ ਬੈਠੇ ਹਾਂ ਮੈਂ ਸਮਝਦੀ ਹਾਂ ਕਿਤੇ ਨਾ ਕਿਤੇ ਵਾਹਿਗੁਰੂ ਨੇ ਸਾਡੇ ਲੀਡਰਸ ਨੂੰ ਸਾਨੂੰ ਜਿਵੇਂ ਜਿਵੇਂ ਜਿਹਦਾ ਕਿਸੇ ਦਾ ਰੁਤਬਾ ਸੀ ਉਹ ਦਿਖਾ ਦਿੱਤਾ ਕਿਤੇ ਨਾ ਕਿਤੇ ਸਾਰੀਆਂ ਪਾਰਟੀਆਂ ਅੱਜ ਬਹੁਤ ਹੀ ਡਰ ਰਹੀਆਂ ਨੇ ਕਿਉਂਕਿ ਰਾਹੁਲ ਜੀ ਇਹ ਨਹੀਂ ਕਿ ਕਾਂਗਰਸ ਲਈ ਜਾਂ ਆਪਣੇ ਲਈ ਜਾਂ ਆਪ ਦੀ ਪ੍ਰਾਈਮ ਮਿਨਿਸਟਰਸ਼ਿਪ ਲਈ ਕਰ ਰਹੇ ਨੇ ਉਹ ਟੁੱਟੇ ਹੋਏ ਦੇਸ਼ ਨੂੰ ਜੋੜਨ ਲਈ ਨਿਕਲੇ ਨੇ ਉਹਨਾਂ ਦੀ ਜਿਹੜੀ ਸੋਚ ਹੈ ਸੂਝਵਾਨ ਸੋਚ ਕਿ ਸਾਡੇ ਸੰਵਿਧਾਨ ਨੂੰ ਅਸੀਂ ਕਿਵੇਂ ਬਚਾਈਏ ਉਹ ਸਾਡੇ ਦੇਸ਼ ਨੂੰ ਸੰਵਿਧਾਨ ਨੂੰ ਬਚਾਉਣ ਲਈ ਨਿਕਲੇ ਨੇ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਾਰੀਆਂ ਸਟੇਟਸ ਦੇ ਵਿੱਚ ਜਿਹੜੇ ਸਾਡੇ ਕਾਂਗਰਸ ਦੇ ਵਰਕਰਸ ਨੇ ਮੈਂ ਹੋਰ ਕਿਤੇ ਜਾਣਾ ਨਹੀਂ ਚਾਹੁੰਦੀ ਸਭ ਨੂੰ ਇਹ ਮੇਰੇ ਫੈਸਲੇ ਬਾਰੇ ਪਤਾ ਹੈ ਸੋ ਇਸ ਕਰਕੇ ਮੈਨੂੰ ਕੋਈ ਕਿਤੇ ਲਜਾਣ ਦੀ ਕੋਸ਼ਿਸ਼ ਕਰੇ ਵੀ ਨਾ ਤੇ ਨਾ ਹੀ ਕੋਈ ਕਰ ਰਿਹਾ ਮੈਂ ਆਪਣੇ ਮੇਰੇ ਦਾਦਾ ਜੀ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਜੇਲਾਂ ਕੱਟੀਆਂ ਮੇਰੇ ਫਾਦਰ ਸਾਹਿਬ ਨੇ ਜੇਲ ਕੱਟੀ ਕਾਂਗਰਸ ਦੇ ਲਈ ਸੋ ਮੈਂ ਵੀ ਮੇਰਾ ਇੱਕ ਇੱਕ ਖੂਨ ਦਾ ਕਤਰਾ ਇਸ ਪਾਰਟੀ ਦੇ ਲਈ ਹਮੇਸ਼ਾ ਹਾਜ਼ਰ ਹੈ ਸੋ ਮੈਨੂੰ ਕਿਸੇ ਦਾ ਕੋਈ ਵਿਰੋਧੀ ਦਾ ਕਿਸੇ ਦਾ ਮੈਨੂੰ ਡਰ ਨਹੀਂ ਰੋਜ਼ਾਨਾ ਸਪਕਸਮਨ ਦੇਖ ਰਹੇ ਹੋ ਤੇ ਮੈਂ ਹਾ ਪਟਿਆਲੇ ਤੋਂ ਤਰਨ ਠੁਕਰਾਉ ਦੋਸਤੋ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਜਿਹੜੀ ਕਿ ਆ ਦਿਨੋ ਦਿਨ ਆਪਣੇ ਆਪਣੇ ਵਰਕਰ ਜਿਹੜੀ ਕਿ ਆ ਹੁਣ ਖੜੇ ਕਰਦੀ ਦਿਖਾਈ ਦੇ ਰਹੀ ਐ ਕੋਈ ਗੱਲਬਾਤ ਕੀਤੀ ਜਾਵੇ ਤੇ ਪਿਛਲੇ ਕੁ ਸਮਿਆਂ ਦੇ ਵਿੱਚ ਘੇਰੂ ਘੇਰੀ ਹੋਈ ਕਾਂਗਰਸ ਪਾਰਟੀ ਜਿਹੜੀ ਕਿ ਪੰਜਾਬ ਦੇ ਵਿੱਚ ਹੁਣ ਜਿੱਥੇ ਕਿਤੇ ਸੰਭਲਦੀ ਦਿਖਾਈ ਦੇ ਰਹੀ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ 2022 ਦੇ ਵਿੱਚ ਭਾਵੇਂ ਪਟਿਆਲਾ ਸ਼ਹਿਰ ਦੀ ਗੱਲ ਕੀਤੀ ਜਾਵੇ ਜਾਂ ਭਾਵੇਂ ਪੰਜਾਬ ਦੀ ਤਾਂ ਵੱਡੇ ਵੱਡੇ ਚਿਹਰੇ ਜਿਹੜੇ ਕਿ ਕਾਂਗਰਸ ਪਾਰਟੀ ਤੋਂ ਵਕ ਹੁੰਦੇ ਦਿਖਾਈ ਦਿੱਤੇ ਪਟਿਆਲਾ ਸ਼ਹਿਰ ਦੀ ਗੱਲ ਕਰਾਂਗੇ ਕੈਪਟਰ ਅਮਰਿੰਦਰ ਸਿੰਘ ਜਿਹੜੇ ਕਿ ਆਪਣੇ ਵਕ ਹੁੰਦੇ ਦਿਖਾਈ ਦਿੱਤੇ ਹੋਰ ਜਿਹੜੇ ਕਿ ਇਹਨਾਂ ਦੇ ਵਿੱਚ ਆਪਸੀੜਾ ਕਿ ਹੈ ਕਾਟੋ ਕਲੇਸ਼ ਵੀ ਚੱਲਦਾ ਰਿਹਾ ਭਾਵੇਂ ਉਹ ਟਿਕਟਾਂ ਦੀ ਵੰਡ ਨੂੰ ਲੈ ਕੇ ਗੱਲ ਕਰੀਏ ਜਾਂ ਹੋਰ ਮੁੱਦਿਆਂ ਨੂੰ ਲੈ ਕੇ ਗੱਲ ਕਰੇ ਸੋ ਅੱਜ ਜਿਹੜੇ ਕਿ ਹੈ ਪੰਜਾਬ ਦੇ ਪ੍ਰਧਾਨ ਰਾਜਾ ਵਡਿੰਗ ਦੇ ਵੱਲੋਂ ਪੰਜਾਬ ਦੇ ਵਕ ਵਕ ਹਲਕਿਆਂ ਦੇ ਵਿੱਚ ਜਾ ਕੇ ਜਿਹੜੇ ਕਿ ਐਲਾਨ ਕਿਤੇ ਜਾ ਰਹੇ ਨੇ ਆਪਣੇ ਆਪਣੇ ਜਿਹੜੇ ਕਿ ਹੈ ਪ੍ਰਧਾਨ ਲਗਾਏ ਜਾ ਰਹੇ ਨੇ ਉਧੇ ਵੱਡੇ ਵੰਡੇ ਜਾ ਰਹੇ ਨੇ ਸੋ ਪਟਿਆਲਾ ਦੀ ਗੱਲ ਕਰਾਂਗੇ ਪਟਿਆਲਾ ਤੋਂ ਮਹਿਲਾ ਵਿੰਗ ਦੇ ਪ੍ਰਧਾਨ ਜਿਹੜੇ ਕਿ ਪੰਜਾਬ ਦੇ ਲਗਾਏ ਗਏ ਨੇ ਸਾਡੇ ਨਾਲ ਗੁਰਸ਼ਰਨ ਰੰਧਾਵਾ ਨੇ ਗੱਲਬਾਤ ਕਰਾਂਗੇ ਰੰਧਾਵਾ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ ਥੈਂਕ ਯੂ ਜੀ ਕਿਉਂਕਿ ਮੈਂ ਦੇਖਦੇ ਹਾਂ ਮੈਡਮ ਜਿਹੜੀ ਕੀ ਹੈ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਕਾਫੀ ਸਮੇਂ ਤੋਂ ਖਿਰੂ-ਖਿਰੂ ਹੋ ਰਹੀ ਸੀਗੀ ਆਪਸ ਦੇ ਵਿੱਚ ਵਟ ਦਾ ਧੜੇਬੰਦੀ ਚੱਲ ਰਹੀ ਸੀਗੀ ਕੋਈ ਕਿ ਕੋਈ ਕਿੱਧਰ ਕਾਂਗਰਸ ਵਾਲਾ ਕੋਈ ਕਿੱਧਰ ਹੈ ਹੁਣ ਜਿਹੜੇ ਕਿ ਰਾਜਾ ਵਿੰਗ ਦੇ ਹੱਥ ਵਿੱਚ ਡੋਰ ਆਈ ਹੈ ਤੇ ਤੁਹਾਨੂੰ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ ਕਿਸ ਤਰ੍ਹਾਂ ਇਹ ਨਾਲ ਨਿਭਾਈ ਜਾਏਗੀ ਸਾਰੀ ਜ਼ਿੰਮੇਵਾਰੀ ਮੈਂ ਪਹਿਲਾਂ ਤਾਂ ਕਾਂਗਰਸ ਪਾਰਟੀ ਦਾ ਸ ਮੇਰੀ ਮਿਹਨਤ ਨੂੰ ਪਛਾਣਿਆ ਦੂਜੀ ਗੱਲ ਤੁਸੀਂ ਇੱਕ ਵਰਡ ਯੂਜ਼ ਕਰ ਰਹੇ ਹੋ ਖੇਰੂ ਖੇਰੂ ਹੋਈ ਕਾਂਗਰਸ ਸਾਰੀ ਕਾਂਗਰਸ ਇਕੱਠੀ ਹੈ ਵਰਕਰਾਂ ਦੇ ਸਿਰ ਤੇ ਸਾਡੀ ਪਾਰਟੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਪਰਸੋ ਹੀ ਪਟਿਆਲੇ ਦੋ ਪ੍ਰੋਗਰਾਮ ਸਾਡੇ ਪੀਸੀਸੀ ਪ੍ਰਧਾਨ ਸਾਹਿਬ ਆਏ ਸੀ ਜਿੰਨੋਂ ਦਫਤਰਾਂ ਦਾ ਉਦਗਾਟਨ ਕੀਤਾ ਗਿਆ ਸ਼ਹਿਰੀ ਪ੍ਰਧਾਨ ਤੇ ਦਿਹਾਤੀ ਪ੍ਰਧਾਨ ਬਹੁਤ ਹੀ ਹਮ-ਹਮਾ ਕੇ ਸਾਰੇ ਵਰਕਰਜ਼ ਨੇ ਪਾਰਟੀ ਦਾ ਸਾਥ ਦਿੱਤਾ ਦਫਤਰ ਦੇ ਵਿੱਚ ਲੋਕ ਪਹੁੰਚੇ ਤੇ ਮੈਂ ਧੰਨਵਾਦ ਕਰਦੀ ਹਾਂ ਕਿ ਜਿਹੜੇ ਵਰਕਰ ਹੈ ਉਹ ਹਮੇਸ਼ਾ ਹੀ ਜਿਹੜੇ ਕਾਂਗਰਸ ਦੇ ਵਰਕਰ ਹੈ ਇਕੱਠੇ ਨੇ ਉਹਨਾਂ ਦੇ ਨਾਲ ਹੀ ਅਸੀਂ ਸਾਰੇ ਮਜਬੂਤ ਹੈਗੇ ਹਾਂ ਜਰਨਦਵ ਸਾਹਿਬ ਗੱਲ ਕੀਤੀ ਜਾਵੇ ਤਾਂ ਸੀਨੀਅਰ ਲੀਡਰਸ਼ਿਪ ਦੀ ਗੱਲ ਕਰਾਂਗੇ ਜਿਹੜੇ ਕਿ ਆ ਉਹ ਕਦੇ ਜਿਹੜੇ ਹੁਣ ਨਵੇਂ ਕਰਮ ਨੇ ਉਹ ਜਿਹੜੇ ਆ ਰਹੇ ਨੇ ਸੀਨੀਅਰ ਡਿਰੇਕਟਰ ਦੀ ਗੱਲ ਕੀਤੀ ਆ ਭਾਵੇਂ ਉਲਾਲ ਸਿੰਘ ਦੀ ਗੱਲ ਕੀਤੀ ਜਾਵੇ ਜਾਂ ਹੋਰ ਜਿਹੜੇ ਕਿ ਪੁਰਾਣੇ ਕਾਂਗਰਸ ਜੁੜੀ ਸੀ ਉਹ ਇਹਨਾਂ ਪ੍ਰੋਗਰਾਮਾਂ ਵਿੱਚ ਨਹੀਂ ਦਿਖਣ ਨੂੰ ਮਿਲ ਰਹੇ ਤੁਹਾਨੂੰ ਪ੍ਰਧਾਨ ਲਗਾਇਆ ਗਿਆ ਕਿਤੇ ਨਾ ਕਿਤੇ ਵਿਰੋਧ ਹੁੰਦਾ ਦਿਖਾਈ ਦੇ ਰਿਹਾ ਜਾਂ ਲੱਗ ਰਿਹਾ ਵੀ ਉਹਨਾਂ ਦੇ ਵੱਲੋਂ ਪੂਰਾ ਸਾਥ ਤੁਹਾਡਾ ਨਹੀਂ ਜੀ ਮੈਨੂੰ ਬਿਲਕੁਲ ਸਭ ਨੇ ਮੇਰਾ ਬਹੁਤ ਜੇ ਕਿਤੇ ਹਾਈ ਕਮਾਂਡ ਨੇ ਮੇਰੀ ਕੋਈ ਰਿਪੋਰਟ ਮੰਗੀ ਕੁਝ ਵੀ ਲਿਆ ਤਾਂ ਸਾਰੇ ਲੀਡਰ ਸਾਹਿਬਾਨ ਨੇ ਮੇਰੇ ਨਾਮ ਤੇ ਮੋਹਰ ਲਾਈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਕਾਂਗਰਸ ਦੇ ਨਾਲ ਕਾਫੀ ਸਮੇਂ ਤੋਂ ਜੁੜੇ ਹੋ ਪਿਛਲੇ ਵਿਧਾਨ ਸਭਾ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਕਾਫੀ ਸਮੇਂ ਤੋਂ ਤੁਸੀਂ ਐਮਐਲਏ ਟਿਕਟ ਲਈ ਵੀ ਟਰਾਈ ਕੀਤਾ ਕਿ ਟਿਕਟ ਤੁਹਾਡੀ ਹਮੇਸ਼ਾ ਕੱਟ ਗਈ ਆ ਭਾਵੇਂ ਕਿ ਆਪਾਂ ਕਿਸੇ ਦਾ ਨਾਮ ਨਹੀਂ ਲੰਦੇ ਭਾਵੇਂ ਕੋਈ ਕਾਂਗਰਸ ਲੀਡਰ ਸੀਗਾ ਤੁਹਾਡੀ ਟਿਕਟ ਮੇਟਾ ਕੱਟੀ ਗਈ ਆ ਤੇ ਕੀ ਕਹਿੰਦੇ ਹੋ ਇਸ ਵਾਰ ਜਿਹੜੀ ਜ਼ਿੰਮੇਵਾਰੀ ਮਿਲੀ ਆ ਤੇ ਲੱਗਦਾ ਵੀ ਕੁਝ ਨਾ ਕੁਝ ਖੁਰ ਕੋਈ ਹੋਣੀ ਆ ਦੇਖੋ ਜੀ ਮੇਰੀ ਟਿਕਟ ਹਰ ਵਾਰ ਮੇਰਾ ਨਾਮ ਪੈਨਲ ਚ ਵੀ ਹੁੰਦਾ ਸੀ ਪਰ ਪਤਾ ਨਹੀਂ ਕਿਤੇ ਨਾ ਕਿਤੇ ਇਕੱਲੀ ਬੈਠ ਕੇ ਵਾਹਨ ਦੇ ਨਾਲ ਗਿਲਾ ਕਰਦੀ ਸੀ ਰੱਬ ਤੇ ਵੀ ਕਈ ਵਾਰ ਗੁੱਸਾ ਆਉਂਦਾ ਸੀ ਵੀ ਕੀ ਗੱਲ ਔਰਤ ਹੋਣਾ ਕੋਈ ਗਲਤ ਗੱਲ ਐ ਪਰ ਸਬਰ ਰੱਖਿਆ ਆਪਣੀ ਪਾਰਟੀ ਦੀ ਨਿਰਸਵਾਰਥ ਇਮਾਨਦਾਰੀ ਨਾਲ ਸੇਵਾ ਕਰਦੀ ਰਹੀ ਪਰ ਮੈਨੂੰ ਕੱਲ ਦੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਵਾਹਿਗੁਰੂ ਜਰੂਰ ਤੁਹਾਡਾ ਸਾਥ ਦਿੰਦੇ ਨੇ ਮਿਹਨਤ ਕਦੇ ਆਈ ਨਹੀਂ ਜਾਂਦੀ ਇਸੇ ਕਰਕੇ ਵਾਹਿਗੁਰੂ ਨੇ ਰਸਤਾ ਬਣਾਇਆ ਸਾਰੀ ਸੀਨੀਅਰ ਲੀਡਰਸ਼ਿਪ ਦੇਖੋ ਕਿਸੇ ਨੇ ਵਿਰੋਧ ਨਹੀਂ ਕੀਤਾ ਸਭ ਨੇ ਮੇਰਾ ਸਾਥ ਦਿੱਤਾ ਤੇ ਮੇਰੀ ਮਿਹਨਤ ਦੀ ਪਛਾਣ ਕਰਕੇ ਮੈਨੂੰ ਇਸ ਅਹੁਦੇ ਤੇ ਨਿਵਾਜਿਆ ਮੈਂ ਪੰਜਾਬ ਦੀ ਗੱਲ ਕਰਾਂਗੇ ਕੈਪਟਨ ਅਮਿੰਦਰ ਸਿੰਘ ਸੀਗੇ ਸਾਬਕਾ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਇੱਕੋ ਦਮ ਜਿਹੜੇ ਕਿ ਆਪਣਾ ਚਿਹਰਾ ਬਦਲ ਗਏ ਨੇ ਪੰਜਾਬ ਦਾ ਇੱਕ ਵੱਡਾ ਚਿਹਰਾ ਕਹਿ ਸਕਦੇ ਹਾਂ ਪਟਿਆਲੇ ਤੋਂ ਮੋਜੂੜੀ ਕਿ ਮੌਜੂਦ ਸੀਗੇ ਤੇ ਉਹਨਾਂ ਨੇ ਅੜਾ ਬੀਜੇਪੀ ਜੁਆਇਨ ਕਰ ਲਿਆ ਹੁਣ ਕਾਂਗਰਸ ਨੂੰ ਕਿੱਦਾਂ ਇਕੱਠਾ ਕੀਤਾ ਜਾਏਗਾ ਜਦ ਕਿ ਅੜਕੇ ਕਾਂਗਰਸੀ ਪੁਰਾਣੇ ਲੀਡਰ ਸੀਗੇ ਸਾਰੇ ਹੁਣ ਬੀਜੇਪੀ ਜੁਆ ਤੁਸੀਂ ਵੀ ਸੁਣੀ ਹੋਣੀ ਪੀਸੀਸੀ ਪ੍ਰੈਜ਼ੀਡੈਂਟ ਸਾਹਿਬ ਕਹਿੰਦੇ ਨੇ ਕਿ ਨਵੀਂ ਕਾਂਗਰਸ ਬਣ ਰਹੀ ਹੈ ਨਵੀਂ ਕਾਂਗਰਸ ਦਾ ਭਾਵ ਇਹ ਨਹੀਂ ਕਿ ਕਾਂਗਰਸ ਦਾ ਜਿਹੜਾ ਜੋ ਸਾਡਾ ਸ਼ੁਰੂ ਤੋਂ ਚੱਲਿਆ ਆ ਰਿਹਾ ਹੈ ਉਹੀ ਸਾਡੇ ਰੂਲਸ ਐਂਡ ਰੈਗੂਲੇਸ਼ਨਸ ਨੇ ਇਨਡਿਸਿਪਲਿਨ ਦੀ ਵੀ ਉਹ ਹਮੇਸ਼ਾ ਗੱਲ ਕਰਦੇ ਨੇ ਕਿ ਡਿਸਿਪਲਿਨ ਬਹੁਤ ਜ਼ਰੂਰੀ ਹੈ ਜਿਸ ਦਿਨ ਉਹਨਾਂ ਦੀ ਤਾਜਪੋਸ਼ੀ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਔਰ ਪਰਸੋ ਵੀ ਪਟਿਆਲੇ ਚੋਂ ਆਏ ਡਿਸਿਪਲਿਨ ਦੀ ਉਹਨਾਂ ਨੇ ਗੱਲ ਕੀਤੀ ਸੋ ਨਵੀਂ ਕਾਂਗਰਸ ਤੋਂ ਭਾਵ ਹੈਗਾ ਕਿ ਸਾਰੇ ਜਿਨ੍ਹਾਂ ਨੇ ਪਾਰਟੀ ਚ ਕੰਮ ਕਰਨਾ ਸਿੱਧੇ ਤਰੀਕੇ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਉਹ ਕਾਂਗਰਸ ਜਿਹੜੀ ਹੈਗੀ ਕਾਮਯਾਬ ਹੋਊਗੀ ਔਰ ਸਾਡੀ ਪਾਰਟੀ ਨੂੰ ਇੱਕ ਬਹੁਤ ਵੱਡੀ ਹਾਰ ਜਿਹੜੀ ਹੁਣੇ ਦੇਖਣ ਨੂੰ ਮਿਲੀ ਹੈ ਉਹ ਇਹ ਨਹੀਂ ਕਿ ਕੋਈ ਵਰਕਰਾਂ ਦਾ ਕਸੂਰ ਹੈ ਵਰਕਰਾਂ ਨੂੰ ਅਣਗੌਲਿਆ ਕੀਤਾ ਗਿਆ ਸੀ ਤਾਂ ਅਸੀਂ ਅੱਜ ਇੱਥੇ ਬੈਠੇ ਹਾਂ ਮੈਂ ਸਮਝਦੀ ਹਾਂ ਕਿਤੇ ਨਾ ਕਿਤੇ ਵਾਹਿਗੁਰੂ ਨੇ ਸਾਡੇ ਲੀਡਰਸ ਨੂੰ ਸਾਨੂੰ ਜਿਵੇਂ ਜਿਵੇਂ ਜਿਹਦਾ ਕਿਸੇ ਦਾ ਰਤਬਾ ਸੀ ਉਹ ਦਿਖਾ ਦਿੱਤਾ ਕਿ ਵਰਕਰਜ਼ ਨਾਲ ਹੀ ਪਾਰਟੀ ਹੈ ਵਰਕਰ ਰੀਡ ਦੀ ਹੱਡੀ ਹੈ ਉਹਨਾਂ ਨੂੰ ਅਣਗੌਲਿਆ ਨਾ ਕਰੋ ਇਸ ਕਰਕੇ ਹੁਣ ਅਸੀਂ ਸਾਰੇ ਇਕੱਠੇ ਆ ਡਿਸਪਲਿਨ ਦੇ ਵਿੱਚ ਰਹਿ ਕੇ ਅਸੀਂ ਆਪਣੀ ਪਾਰਟੀ ਨੂੰ ਅਪਲਿਫਟ ਕਰਾਂਗੇ ਮੈਮ ਪੰਜਾਬ ਪ੍ਰਧਾਨ ਦੀ ਸੀ ਗੱਲ ਕੀਤੀ ਐ ਰਾਜਾ ਵੜਿੰਗ ਦੀ ਗੱਲ ਕੀਤੀ ਐ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਦੌਰਾ ਕਰ ਰਹੇ ਨੇ ਪਰ ਕੁਝ ਨਾ ਕਿਤੇ ਕੁਝ ਕਾਂਗਰਸ ਵਰਕਰਾਂ ਵੱਲੋਂ ਉਹਨਾਂ ਦੇ ਭਾਸ਼ਣਾਂ ਦੇ ਉੱਪਰ ਤੰਦ ਕਸੇ ਜਾ ਰਹੇ ਨੇ ਕਹਿੰਦਾ ਵੀ ਰਾਜਾ ਵੜਿੰਗ ਇਦਾਂ ਕਹਿ ਰਹੇ ਨੇ ਇਹ ਸਹੀ ਨਹੀਂ ਐ ਸਾਡੇ ਜਿਹੜੇ ਅਫਸੀ ਆੜੇ ਕਾਂਗਰਸੀ ਲੀਡਰ ਹਨਗੇ ਫਿਰ ਦੇਖਿਆ ਜਾਏ ਕੀ ਲੱਗਦਾ ਵੀ ਇਸ ਤਰੀਕੇ ਦੇ ਹੁਣ ਤੁਹਾਡੇ ਬੰਦੀ ਜਲਦੀ ਰਹੀ ਕਾਂਗਰਸ ਫਿਰ ਕਿਸ ਤਰ੍ਹਾਂ ਇਕੱਠੀ ਹੋਏਗੀ ਸਾਰੀ ਨਹੀਂ ਜੀ ਮੈਂ ਤਾਂ ਇਹ ਸਮਝਦੀ ਆ ਇੱਥੇ ਕਿ ਜਦੋਂ ਕੋ ਉਹਨੂੰ ਬਹੁਤ ਸਾਰੀਆਂ ਗੱਲਾਂ ਚੱਲਣੀਆਂ ਪੈਂਦੀਆਂ ਕਈਆਂ ਤੋਂ ਬਰਦਾਸ਼ਤ ਨਹੀਂ ਹੁੰਦੀਆਂ ਪਰ ਮੈਂ ਇੱਕ ਗੱਲ ਦੇਖੀ ਕਿ ਬੜਿੰਗ ਸਾਹਿਬ ਦੀ ਪ੍ਰਧਾਨਗੀ ਦੇ ਹੇਠ ਅਸੀਂ ਸੰਗਰੂਰ ਵਾਲਾ ਜਿਹੜਾ ਐਮਪੀ ਦਾ ਇਲੈਕਸ਼ਨ ਸੀ ਉਹ ਲੜਿਆ ਸੀਐਮ ਸਾਹਿਬ ਖੁਦ ਆਪਣੀ ਕੰਸਟੀਚੁਐਂਸੀ ਚੋ ਦੇਖੋ ਕਿੰਨੀਆਂ ਵੋਟਾਂ ਘਟੀਆਂ ਆਪਣੇ ਪਿੰਡ ਚੋ ਹਾਰ ਗਏ ਪਰ ਇਹ ਸਾਰੀ ਗੱਲ ਦਾ ਸਿਰ ਜਿਹੜਾ ਸਿਰਾ ਆ ਮੈਂ ਪੀਸੀਸੀ ਪ੍ਰੈਜ਼ੀਡੈਂਟ ਇਸ ਸਾਰੇ ਸੀਨੀਅਰ ਲੀਡਰਸ਼ਿਪ ਨੂੰ ਦਵੂੰਗੀ ਕਿਉਂਕਿ ਮੈਂ ਖੁਦ ਦੇਖਿਆ ਸਾਡੇ ਪ੍ਰਧਾਨ ਨੇ ਪੈਰੀ ਚੱਪਲ ਨਹੀਂ ਪਾਈ ਸਾਨੂੰ ਵੀ ਪੂਰਾ ਉਹਨਾਂ ਨੇ ਮਿਹਨਤ ਦੇ ਨਾਲ ਸਾਡੇ ਤੋਂ ਕੰਮ ਲਿਆ ਸਾਰਾ ਯੂਥ ਉਹਨਾਂ ਨੇ ਇਕੱਠਾ ਕਰਕੇ ਸਾਰੇ ਆਪਣੇ ਬਜ਼ੁਰਗਾਂ ਦੀ ਸਿਹਤ ਦੇ ਨਾਲ ਚਾਹੀ ਅਸੀਂ ਨਹੀਂ ਜਿੱਤ ਸਕੇ ਪਰ ਜਿਹੜੀ ਸੱਤਾ ਦੇ ਵਿੱਚ ਪਾਰਟੀ ਹੈ ਉਹਨੂੰ ਇੱਕ ਚੰਗਾ ਜਿਹੜਾ ਹੈ ਅਸੀਂ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਝੂਠ ਦੇ ਨਾਲ ਤੇ ਚੁਟਕਲਿਆਂ ਦੇ ਨਾਲ ਜਿਹੜੀ ਸਰਕਾਰ ਬਣਾਈ ਸੀ ਲੋਕ ਇਹ ਪਸੰਦ ਨਹੀਂ ਕਰ ਗੱਲ ਕੀਤੀ ਜਾਵੇ ਕਾਂਗਰਸ ਦੀ ਹਾਈ ਕਮਾਂਡ ਦੀ ਰਾਹੁਲ ਗਾਂਧੀ ਜੀ ਹੁਣ ਨਿਕਲੇ ਨੇ ਭਾਰਤ ਜੋੜ ਯਾਤਰਾ ਦੇ ਵਿੱਚ ਨਿਕਲ ਰਹੇ ਨੇ ਵਿਰੋਧੀ ਪਾਰਟੀਆਂ ਵੱਲੋਂ ਹਮੇਸ਼ਾ ਕਿਹਾ ਜਾਂਦਾ ਵੀ ਹੁਣ ਜਿਹੜੀ ਕਿ ਟੁੱਟੀ ਹੋਈ ਕਾਂਗਰਸ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਗ ਰਿਹਾ ਵੀ ਜਿਹੜੇ ਜਿਹੜੇ ਇਲਾਕਿਆਂ ਵਿੱਚੋਂ ਨਿਕਲ ਰਹੇ ਨੇ ਕੁਝ ਵਿਰੋਧ ਵੀ ਕਰ ਰਹੇ ਨੇ ਕੁਝ ਜੁੜ ਵੀ ਰਹੇ ਨੇ ਕਿਸ ਤਰੀਕੇ ਨਾਲ ਹੁਣ ਕਾਂਗਰਸ ਨੂੰ ਇਕੱਠਾ ਕੀਤਾ ਜਾ ਰਿਹਾ ਹੈ ਮੈਂ ਤਾਂ ਵਿਰੋਧ ਨਹੀਂ ਸਮਝਦੀ ਦੇਖੋ ਜੀ ਵਿਰੋਧੀ ਪਾਰਟੀਆਂ ਦਾ ਕੰਮ ਹੈ ਵਿਰੋਧ ਕਰਨਾ ਪਰ ਕਿਤੇ ਨਾ ਕਿਤੇ ਸਾਰੀਆਂ ਪਾਰਟੀਆਂ ਅੱਜ ਬਹੁਤ ਹੀ ਡਰ ਰਹੀਆਂ ਨੇ ਕਿਉਂਕਿ ਰਾਹੁਲ ਜੀ ਇਹ ਨਹੀਂ ਕਿ ਕਾਂਗਰਸ ਲਈ ਜਾਂ ਆਪਣੇ ਲਈ ਜਾਂ ਆਪ ਦੀ ਪ੍ਰਾਈਮ ਮਿਨਿਸਟਰਸ਼ਿਪ ਲਈ ਕਰ ਰਹੇ ਨੇ ਉਹ ਇਸ ਟੁੱਟੇ ਹੋਏ ਦੇਸ਼ ਨੂੰ ਜੋੜਨ ਲਈ ਨਿਕਲੇ ਨੇ ਉਹਨਾਂ ਦੀ ਜਿਹੜੀ ਸੋਚ ਹੈ ਸੂਝਵਾਨ ਸੋਚ ਕਿ ਸਾਡੇ ਸੰਵਿਧਾਨ ਨੂੰ ਅਸੀਂ ਕਿਵੇਂ ਬਚਾਈਏ ਉਹ ਸਾਡੇ ਦੇਸ਼ ਨੂੰ ਸੰਵਿਧਾਨ ਨੂੰ ਬਚਾਉਣ ਲਈ ਨਿਕਲੇ ਨੇ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਾਰੀਆਂ ਸਟੇਟਸ ਦੇ ਵਿੱਚ ਜਿਹੜੇ ਸਾਡੇ ਕਾਂਗਰਸ ਦੇ ਵਰਕਰਸ ਨੇ ਇਹ ਯੂਥ ਦੇ ਬੱਚਿਆਂ ਨੇ ਕਾਲਜਾਂ ਯੂਨੀਵਰਸਿਟੀਆਂ ਚੋਂ ਨਿਕਲ ਕੇ ਹਰ ਇੱਕ ਬੰਦੇ ਨੇ ਆਪਣੀ ਉਸ ਯਾਤਰਾ ਦੇ ਵਿੱਚ ਇਹ ਨਹੀਂ ਕਿ ਇਕੱਲੀ ਕਾਂਗਰਸ ਪਾਰਟੀ ਦੇ ਵਰਕਰ ਮਤਲਬ ਲੋਕ ਚੌਹਨੇ ਨੇ ਕਿ ਸਾਡਾ ਦੇਸ਼ ਜਿਹੜਾ ਬਿਲਕੁਲ ਵਿਖੜ ਚੁੱਕਿਆ ਹੈ ਹਿੰਦੁਸਤਾਨ ਜਿਹੜਾ ਸੋਨੇ ਦੀ ਚਿੜੀ ਸੀ ਤੇ ਅੱਜ ਕਿੱਥੇ ਹੈ ਉਹਨੂੰ ਜੋੜਨ ਲਈ ਜੇ ਕੋਈ ਲੀਡਰ ਨਿਕਲਿਆ ਤਾਂ ਉਹ ਬਹੁਤ ਅੱਛੀ ਗੱਲ ਹੈ ਮੈਨੂੰ ਕੋਹਾਂ ਦੀ ਗੱਲ ਬਹੁਤ ਵਧੀਆ ਲੱਗੀ ਉਹਨਾਂ ਨੇ ਕਿਹਾ ਕਿ ਜਵਾਰਲਾਲ ਨਹਿਰੂ ਜੀ ਨੇ ਕੀ ਕੀਤਾ 인ਦਰਾ ਗਾਂਧੀ ਜੀ ਨੇ ਕੀ ਕੀਤਾ ਰਾਜੀਵ ਜੀ ਨੇ ਕੀ ਕੀਤਾ ਮੈਨੂੰ ਇਸ ਗੱਲ ਦੇ ਬਾਰੇ ਨਾ ਦੱਸੋ ਮੈਨੂੰ ਇਹ ਦੱਸੋ ਕਿ ਆਪਾਂ ਅੱਗੇ ਕੀ ਕਰਨਾ ਹੈ ਦੇਖੋ ਇਹ ਸੋਚ ਹੈ ਸਾਡੇ ਸਤਿਕਾਰਯੋਗ ਲੀਡਰ ਦੀ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣੀ ਆ ਕਿ ਪੰਜਾਬ ਦੇ ਵਿੱਚ ਹਰਿਆਣੇ 'ਚ ਐਂਟਰ ਹੋ ਗਈ ਯਾਤਰਾ ਪੰਜਾਬ ਆਉਣ ਵਾਲੀ ਹੈ ਤੇ ਪੰਜਾਬੀ ਮੈਂ ਤੁਹਾਡੇ ਚੈਨਲ ਦੇ ਰਾਹੀਂ ਉਹਨਾਂ ਨੂੰ ਬੇਨਤੀ ਵੀ ਕਰਦੀ ਆ ਸਾਰੇ ਪੰਜਾਬੀਆਂ ਨੂੰ ਕਿ ਮਹਿਮਾਨ ਨਮਾਜ਼ੀ ਦੇ ਵਿੱਚ ਆਪਾਂ ਸਭ ਤੋਂ ਨੰਬਰ 1 ਤੇ ਆਂ ਸਾਰੀ ਯਾਤਰਾ ਨਿਕਲ ਕੇ ਆਗੇ ਆਖਰੀ ਪੜਾਅ ਹੈ ਆਪਾਂ ਪੰਜਾਬ ਵਾਲੇ ਇੱਕ ਮਿਸਾਲ ਫਾਇਦਾ ਕਰੀਏ ਹੁਮ ਹੁਮਾ ਕੇ ਇਸ ਯਾਤਰਾ ਦੇ ਵਿੱਚ ਆਪਾਂ ਸ਼ਮੂਲੀਅਤ ਕਰਕੇ ਇਸ ਨੂੰ ਕਾਮਯਾਬ ਕਰੀਏ ਮਿਸਟਰ ਮੈਮ ਮਹਾਰਾਣੀ ਪਰਨੀਤ ਕੌਰ ਦੇ ਵੀ ਕਾਫੀ ਨੇੜੇ ਰਹੇ ਹੋ ਕੈਪਟਨ ਦੇ ਪਰਿਵਾਰ ਦੇ ਵੀ ਕਾਫੀ ਨੇੜੇ ਰਹੇ ਹੋ ਤੇ ਲੱਗਦਾ ਵੀ ਪ੍ਰਧਾਨਗੀ ਹੋਣ ਤੋਂ ਪਹਿਲਾਂ ਕਿਤਨਾ ਕਿਤ ਜਿਆਦਾ ਹੀ ਬੀਜੇਪੀ ਸਰਕਾਰ ਦੇ ਵਿੱਚ ਜੁਆਇਨਿੰਗ ਕੀਤੀ ਹੈ ਕਦੀ ਤੁਹਾਨੂੰ ਵੀ ਪਹੁੰਚ ਕੀਤੀ ਗਈ ਵੀ ਹਾਂ ਵੀ ਬੀਜੇਪੀ ਜੁਆਇਨ ਕੀਤਾ ਜਾਵੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਕੁਮਾਰਾਣੀ ਪਰਨੀਤ ਕੌਰ ਦੇ ਵੱਲੋਂ ਕਿਉਂਕਿ ਕਿਹਾ ਜਾ ਰਿਹਾ ਸੀ ਵੀ ਦੋਨੋਂ ਦਿਨ ਅੰਦਰ ਖਾਤੇ ਜਿਹੜੇ ਮਹਾਰਾਣੀ ਪਰਨੀਤ ਕੌਰ ਨੇ ਆਪਣੇ ਬੰਦੇ ਬੀਜੇਪੀ ਦੇ ਨਾਲ ਜੋੜ ਰਹੇ ਕਿ ਮੇਰੇ ਬਲੱਡ ਚ ਕਾਂਗਰਸ ਹੈ ਕਾਂਗਰਸ ਮੇਰੀ ਜਾਨ ਵੀ ਮੰਗ ਲੈ ਹਾਜ਼ਰ ਹੈ ਪਰ ਮੈਂ ਹੋਰ ਕਿਤੇ ਜਾਣਾ ਨਹੀਂ ਚਾਹੁੰਦੀ ਸਭ ਨੂੰ ਇਹ ਮੇਰੇ ਫੈਸਲੇ ਬਾਰੇ ਪਤਾ ਹੈ ਸੋ ਇਸ ਕਰਕੇ ਮੈਨੂੰ ਕੋਈ ਕਿਤੇ ਲਜਾਣ ਦੀ ਕੋਸ਼ਿਸ਼ ਕਰੇ ਵੀ ਨਾ ਤੇ ਨਾ ਹੀ ਕੋਈ ਕਰ ਰਿਹਾ ਮੈਂ ਆਪਣੇ ਮੇਰੇ ਦਾਦਾ ਜੀ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਜੇਲਾਂ ਕੱਟੀਆਂ ਮੇਰੇ ਫਾਦਰ ਸਾਹਿਬ ਨੇ ਜੇਲ੍ਹ ਕੱਟੀ ਕਾਂਗਰਸ ਦੇ ਲਈ ਸੋ ਮੈਂ ਵੀ ਮੇਰਾ ਇੱਕ ਇੱਕ ਖੂਨ ਦਾ ਕਤਰਾ ਇਸ ਪਾਰਟੀ ਦੇ ਲਈ ਹਮੇਸ਼ਾ ਹਾਜ਼ਰ ਹੈ ਸੋ ਮੈਨੂੰ ਕਿਸੇ ਦਾ ਕੋਈ ਵਿਰੋਧੀ ਦਾ ਕਿਸੇ ਦਾ ਮੈਨੂੰ ਡਰ ਨਹੀਂ ਮੈਂ ਵਾਹਿਗੁਰੂ ਅਗੇ ਅਰਦਾਸ ਕਰਦੀ ਆ ਕਿ ਮੈਨੂੰ ਬਲ ਦੇਣ ਮੈਂ ਜਿਹੜੀ ਅੱਜ ਇਹ ਇੰਨੀ ਵੱਡੀ ਮੈਨੂੰ ਪੋਸਟ ਮਿਲੀ ਹੈ ਮੈਂ ਆਪਦੇ ਸਾਰੇ ਕਾਂਗਰਸੀ ਵਰਕਰਾਂ ਨੂੰ ਭੈਣਾਂ ਨੂੰ ਵੀ ਇਹ ਮੰਗ ਕਰਦੀ ਆ ਕਿ ਮੇਰਾ ਸਾਥ ਦਿਓ ਤੇ ਮੈਂ ਵਧੀਆ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੂੰ ਉੱਪਰ ਲੈ ਕੇ ਜਾਵਾਂ ਮਹਿਲਾਵਾਂ ਦੇ ਪ੍ਰਧਾਨ ਬਣੇ ਉਹ ਕਾਫੀ ਜ਼ਿਆਦਾ ਮੁੱਦੇ ਨੇ ਮਹਿਲਾਵਾਂ ਦੇ ਗੱਲ ਕੀਤੇ ਆਵੇ ਮੌਜੂਦਾ ਸਰਕਾਰ ਦੇ ਵੱਲੋਂ ਵੀ ਹੁਣ ਵੱਡੇ ਵੱਡੇ ਵਾਅਦੇ ਕੀਤੇ ਗਏ ਸੀਗੇ ਮਹਿਲਾਵਾਂ ਜ਼ਰੂਰ ਨਾਲ ਜੁੜੀਆਂ ਨੇ 1000 ਰੁਪਏ ਦੀ ਵਾਅਦੇ ਦੀ ਗੱਲ ਕੀਤੀ ਜਾਵੇ ਹੋਰ ਵਾਅਦੇ ਦੀ ਕਿਸ ਤਰ੍ਹਾਂ ਕਿਹੜਾ ਰੂਪ ਰੇਖਾ ਤਿਆਰ ਕੀਤੀ ਹੈ ਵੀ ਕੁਝ ਮੰਗਾ ਤੁਹਾਡੇ ਤੋਂ ਵੀ ਲੈ ਕੇ ਪਹੁੰਚਣਗੇ ਕਿਉਂਕਿ ਪੰਜਾਬ ਦੇ ਪ੍ਰਧਾਨੋ ਕਿਸ ਤਰ੍ਹਾਂ ਕਿਹੜਾ ਰੂਪ ਰੇਖਾ ਤਿਆਰ ਵਿਰੋਧੀ ਪਾਰਟੀਆਂ ਨੇ ਇੱਕ ਝੂਠ ਬੋਲ ਕੇ ਜਿਹੜਾ 1000 ਰੁਪਏ ਸਾਡੀਆਂ ਭੈਣਾਂ ਲਈ ਕਿਹਾ ਸੀ ਦੇਖੋ ਉਹਨਾਂ ਨੇ ਉਹ ਨਹੀਂ ਦਿੱਤਾ ਉਹਨਾਂ 'ਚ ਬਹੁਤ ਵੱਡੀ ਨਿਰਾਸ਼ਾ ਹੈ ਸੋ ਇਹ ਨਹੀਂ ਹੁੰਦਾ ਮੇਰੀਆਂ ਭੈਣਾਂ ਬਹੁਤ ਕਾਬਲੀਅਤਾਂ ਰੱਖਦੀਆਂ ਨੇ ਕਹਿੰਦੇ ਆ ਅੱਧੀ ਆਬਾਦੀ ਪੂਰਾ ਹੱਕ ਸਾਡਾ ਇਹ ਵੀ ਨਾਰਾ ਦਿੱਲੀ ਤੋਂ 올 ਇੰਡੀਆ ਕਾਂਗਰਸ ਕਮੇਟੀ ਤੋਂ ਮਹਿਲਾ ਕਾਂਗਰਸ ਨੇ ਚਲਾਇਆ ਹੋਇਆ ਹਸਤਾਖਸ਼ਰ ਜਿਹੜੀ ਹੈਗੀ ਸਾਡੀ ਇੱਕ ਡਰਾਈਵ ਉਹ ਵੀ ਚੱਲੀ ਹੈ ਸੋ ਮਹਿਲਾਵਾਂ ਨੂੰ ਕਾਂਗਰਸ ਪਾਰਟੀ ਨੇ ਬਹੁਤ ਕੋਸ਼ਿਸ਼ ਦਿੱਤਾ ਹੈ ਪਹਿਲੀ ਗੱਲ ਤਾਂ ਸਾਨੂੰ ਇਲੈਕਸ਼ਨ ਲੜਨ ਦੀ ਜਿਹੜੀ 50% ਰੈਜ਼ਰਵੇਸ਼ਨ ਹੈ ਮੈਂ ਆਪਣੀਆਂ ਭੈਣਾਂ ਨੂੰ ਕਹਿੰਨੀ ਆ ਕਿ ਯਾਦ ਰੱਖੋ ਰਾਜੀਵ ગાંધી ਜੀ ਦਾ ਸੁਪਨਾ ਸੀ ਉਸੇ ਕਰਕੇ ਅੱਜ ਤੁਹਾਡੀ ਭੈਣ ਇੱਥੇ ਖੜੀ ਹੈ ਸੋ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣੀ ਆ ਕਿ ਉਹਨਾਂ ਦੇ ਹਰ ਇੱਕ ਮੁੱਦੇ ਲਈ ਜੋ ਵੀ ਹੋਊਗਾ ਅੱਗੇ ਵਧ ਚੜ ਕੇ ਉਹਨਾਂ ਦੀਆਂ ਡਿਮਾਂਡਸ ਦੇ ਲਈ ਲੜੋਗੇ ਆਖਰੀ ਸਵਾਲ ਆ ਬੰਨ ਕਿਹਾ ਜਾ ਰਿਹਾ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਕੁਝ ਪਾਰਟੀਆਂ ਭਾਵੇਂ ਸ਼੍ਰੋਮਣੀ ਅਕਾਲੀ ਦਲ ਆ ਭਾਵੇਂ ਕਾਂਗਰਸ ਐ ਧੁੰਦਲੀਆਂ ਹੁੰਦੀਆਂ ਦਿਖਾਈ ਦੇ ਰਹੀਆਂ ਲੱਗਦਾ ਵੀ ਹੁਣ ਜਿਵੇਂ ਨਵੇਂ ਹੱਥਾਂ ਵਿੱਚ ਕੁਝ ਮੁਕਾਮ ਆਇਆ ਕੁਝ ਅੱਧੇ-ਅਦੋਦੇ ਵੰਡਣਗੇ ਨੇ ਕਿਸ ਤਰੀਕੇ ਦੇ ਨਾਲ ਜਿਹੜੀ ਕਿ ਇੱਕ ਵਾਰੀ ਫਿਰ ਸੱਤਾ ਦੇ ਵਿੱਚ ਆਈ ਕਾਂਗਰਸ ਪਾਰਟੀ ਬਿਲਕੁਲ ਆਉਗੀ ਜੀ ਆ ਪਹਿਲਾ ਕਾਰਪੋਰੇਸ਼ਨ ਦੀ ਇਲੈਕਸ਼ਨ ਆ ਰਹੀ ਹੈ ਫਿਰ ਲੋਕ ਸਭਾ ਹੋਊਗੀ ਤੇ ਮੈਨੂੰ ਪੂਰਨ ਉਮੀਦ ਹੈ ਕਿ ਅਗਲੀ ਜਿਹੜੀ ਸਰਕਾਰ ਹੈ ਉਹ ਕਾਂਗਰਸ ਹੀ ਬਣਾਉਗੀ ਤੁਸੀਂ ਸਾਰੇ ਨੇ ਦੇਖਿਆ ਭਾਰਤ ਜੋੜੋ ਚ ਕਿੰਨਾ ਉਤਸ਼ਾਹ ਹੈ ਪਾਰਟੀ ਦੇ ਪ੍ਰਤੀ ਲੋਕਾਂ ਦਾ ਕੱਲੀ ਕਾਂਗਰਸ ਨਹੀਂ ਬਹੁਤ ਸਾਰੇ ਲੋਕ ਕਾਂਗਰਸ ਦੀਆਂ ਨੀਤੀਆਂ ਤੋਂ ਖੁਸ਼ ਨੇ ਸਾਰੇ ਕਾਂਗਰਸ ਨਾਲ ਜੁੜ ਰਹੇ ਨੇ ਮੈਂ ਤਾਂ ਤੁਹਾਨੂੰ ਕਹਿ ਨਹੀਂ ਆ ਕਿ ਮੈਨੂੰ ਤਾਂ ਇਹ ਲੱਗਦਾ ਵੀ ਇੱਥੇ ਕੋਈ ਸਰਕਾਰ ਹੀ ਹੈ ਨਹੀਂ ਜਿਵੇਂ ਸੱਤਾਧਾਰੀ ਪਾਰਟੀ ਹੈ ਸੀ ਦੇਖੋ ਲਾਅ ਐਂਡ ਆਰਡਰ ਦੇਖੋ ਬੇਰੋਜ਼ਗਾਰੀ ਦੇਖੋ ਕਿਹੜੇ ਵਰਗ ਦੀ ਗੱਲ ਕਰੀਏ ਜਿਹੜੇ ਕਹਿੰਦੇ ਸੀ ਧਰਨੇ ਨਹੀਂ ਲੱਗਣੇ ਸਾਡੀ ਤਾਂ ਸਰਕਾਰ ਦੇ ਵਿੱਚ ਅਖੀਰਲੇ ਟਾਈਮ 'ਚ ਧਰਨੇ ਲੱਗੇ ਸੀ ਇਹਨਾਂ ਦੇ ਪਹਿਲੇ ਦਿਨ ਹੀ ਲੱਗ ਗਏ ਹਜੇ ਸੌ ਵੀ ਨਹੀਂ ਚੱਕੀ ਸੀ ਸੰਗਰੂਰ ਭਵਾਨੀਗੜ੍ਹ ਰੋਡ ਤੇ ਧਰਨਾ ਲੱਗ ਗਿਆ ਸੀ ਜਿਹੜੀ ਮੇਰੀ ਭੈਣ ਉੱਥੋਂ ਐਮਐਲਏ ਜਿੱਤ ਕੇ ਆਈ ਹੈ ਸੋ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਕਿ ਇਹ ਜਿਹੜੀ ਹੈ ਝੂਠ ਦੀ ਸਰਕਾਰ ਹੈ ਇਹਦਾ ਕੋਈ 9 ਮਹੀਨਿਆਂ ਦੇ ਵਿੱਚ ਕੁਝ ਵੀ ਇਹ ਕਰ ਨਹੀਂ ਪਾਏ ਜੋ ਇਹਨਾਂ ਨੇ ਕਿਹਾ ਸਾਰੇ ਵਾਅਦੇ ਇਹਨਾਂ ਦੇ ਫੇਲ ਹੋ ਚੁੱਕੇ ਨੇ ਪੱਕਾ ਲੋਕ ਵੀ ਦੇਖਿਓ ਤੁਸੀਂ ਸਾਡੀ ਮੇਨ ਪਾਰਟੀ ਜਿਹੜੀ ਕਾਂਗਰਸ ਹੀ ਆਉਗੀ ਸੋ ਬਿਲਕੁਕੁਲ ਜੀ ਸਾਡੇ ਨਾਲ ਇਸ ਸਾਲ ਗੁਰਸ਼ਰਨ ਨਦਵਾ ਜਿਨ੍ਹਾਂ ਨੂੰ ਜੜਕੇ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਇੱਕ ਵੱਡੀ ਜ਼ਿੰਮੇਵਾਰੀ ਸੌਂਪਤੀ ਗਈ ਹੈ ਪੰਜਾਬ ਦੇ ਮਹਿਲਾ ਵਿੰਗ ਦੇ ਪ੍ਰਧਾਨ ਲਗਾ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਕਿਹਾ ਜਾ ਰਿਹਾ ਵੀ ਪੰਜਾਬ ਦੇ ਵਿਜੜ ਕੇ ਇੱਕ ਵਾਰੀ ਫੇਰ ਤਖੜੀ ਹੋਣ ਜਾ ਰਹੀ ਹੈ ਨਵੀਂ ਸ਼ੁਰੂਆਤ ਰਾਜਾ ਕੁਮੜਿੰਗ ਵੱਲੋਂ ਕਿਹਾ ਵੀ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਪੁਰਾਣੇ ਵਰਕਰ ਸੀਗੇ ਉਹਨਾਂ ਨੂੰ ਤਿੰਨ ਵਾਰ ਮੌਕਾ ਦਿੱਤਾ ਰਵੇ ਤਿੰਨ ਵਾਰ ਮਨਾਣ ਜਾਇਆ ਜਾਵੇ ਅਗਰ ਉਹ ਮੰਨਦੇ ਆ ਤਾਂ ਠੀਕ ਹੈ ਨਹੀਂ ਤਾਂ ਫਿਰ ਸਾਡੇ ਵੱਲੋਂ ਕੋਈ ਨਾ ਕੋਈ ਉਹਨਾਂ ਨੂੰ ਮਨਾਣ ਦੀ ਕੋਸ਼ਿਸ਼ ਨਹੀਂ ਕੀਤੀ ਜਾਏਗੀ ਤੇ ਅਸੀਂ ਅਗਲੇ ਜਿਹੜੇ ਕਿ ਨਾਲ ਵਰਕਰ ਜੋੜਾਂਗੇ ਸੋ ਦੇਖਣਾ ਹੋਏਗਾ ਕਿਉਂਕਿ ਇੱਕ ਵਾਰ ਇਸੇ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੇ ਵਿੱਚ ਜਿਹੜੇ ਕਿ ਜੁੜੇ ਹੋਏ ਨੇ ਕਾਫੀ ਜਿਹੜੇ ਕਿ ਲੋਕਾਂ ਦੇ ਨਾਲ ਜੋੜ ਰਹੇ ਨੇ ਤੇ ਕਾਫੀ ਇੱਕ ਵਾਰੀ ਫਿਰ ਕੰਮ ਹੋ ਕੇ ਨਿਕਰਦੀ ਹੈ ਜਾਂ ਨਹੀਂ ਨਿਕਰਦੀ ਕਿਉਂਕਿ ਜਿਹੜੇ ਕਿ ਹੈ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 2022 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਇੱਕ ਛਵੀ ਜਿਹੜੀ ਕਿ ਉਹਨਾਂ ਨੇ ਜੁਰਤ ਧੁੰਦਲੀ ਕਰਤੀ ਕਾਂਗਰਸੀ ਕਿਉਂਕਿ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਕਿਹਾ ਜਾ ਰਿਹਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਹੈ ਕਾਂਗਰਸ ਪਾਰਟੀ ਨੂੰ ਉਸ ਚੀਜ਼ ਦਾ ਜਿਹੜਾ ਕਿ ਹੈ ਹਰਜਾਨਾ ਭੁਗਤਣਾ ਪਿਆ ਸੋ ਦੇਖਣਾ ਹੋਵੇਗਾ ਕਿਸ ਤਰੀਕੇ ਨਾਲ ਕਾਂਗਰਸ ਪਾਰਟੀ ਮੁੜ ਤੋਂ ਇੱਕ ਵਾਰੀ ਫਿਰ ਸੱਤਾ ਦੇ ਵਿੱਚ ਆਪਣੇ ਪੈਰ ਜਮਾਉਂਦੀ ਹੈ ਕੈਮਰਾਮੈਨ ਦੇ ਨਾਲ ਤਰੰਠ ਕੁ